ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ, ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਹਾਂ ਜੀ, ਉਹ ਆਪਾਂ ਰਿਵਿਊ ਕਰਾਂਗੇ ਜੀ ਆਪਣੇ ਨੋਵੋ 605 DiPS ਦੀ। ਅਤੇ ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਇੰਸਟਾਗ੍ਰਾਮ 'ਤੇ ਕੰਗ੍ਰੈਚੁਲੇਟ ਕੀਤਾ, ਅਤੇ ਜਿਹੜੇ ਵੀਰ ਰਹਿ ਗਏ ਆ ਉਹ ਹੁਣ ਕਰ ਦਿਓ ਜੀ। ਅਤੇ ਜੇ ਮੈਂ ਇਹਦੀ ਸਭ ਤੋਂ ਪਹਿਲਾਂ, ਆਪਾਂ ਕਈ ਵੀਰਾਂ ਨੂੰ ਕਨਫਿਊਜ਼ਨ ਹੋਏਗੀ ਵੀ ਇਹ 50 HP ਕੈਟਾਗਰੀ ਦਾ ਟਰੈਕਟਰ ਆ ਇਹ। ਅਤੇ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਹੋਏਗਾ ਵੀ ਜਿਹੜਾ 605 DiI ਆਉਂਦਾ ਸੀਗਾ ਜੀ, ਉਹ ਇਸ ਟਾਈਮ ਉਹ CRD ਦੇ ਵਿੱਚ ਚਲਾ ਗਿਆ ਜੀ, ਕਿਉਂਕਿ ਗੌਰਮੈਂਟ ਦੇ ਨੋਮਸ ਕਰਕੇ 50 HP ਤੋਂ ਜਿੰਨੇ ਵੀ ਅਬਵ ਟਰੈਕਟਰ ਆ, ਜਿਹੜੇ ਵੀ ਮਤਲਬ ਸਾਰੀਆਂ ਕੰਪਨੀਆਂ ਦੇ, ਉਹ ਸਾਰੇ ਹੀ CRD 'ਚ ਆਉਣਗੇ ਜੀ। ਅਤੇ ਇਹਨੂੰ ਨੋਨ CRD ਰੱਖਣ ਕਰਕੇ ਇਹਨਾਂ ਨੇ ਕੋਈ ਥੋੜ੍ਹਾ ਬਹੁਤ ਆਪਣਾ ਜੋ ਵੀ ਕੰਪਨੀਆਂ ਦਾ ਹੁੰਦਾ ਜੀ ਉਹ ਕਰਕੇ, ਅਤੇ ਇਹਨੂੰ 50 HP ਕੈਟਾਗਰੀ 'ਚ ਰੱਖ ਲਿਆ ਜੀ। ਇੱਕ ਨਿੱਕਾ ਜਿਹਾ ਮੈਂ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ, ਜਿਵੇਂ ਸਪੈਸ਼ਲ ਐਡੀਸ਼ਨ ਹੋਲੈਂਡ ਆਉਂਦਾ ਸੀਗਾ ਜੀ 55 HP 'ਚ, ਅਤੇ ਉਹਨੂੰ CRD ਇੱਕ ਵਾਰ ਉਹ ਬੰਦ ਵੀ ਹੋ ਗਿਆ ਸੀਗਾ, ਅਤੇ ਉਹ ਤੋਂ ਬਾਅਦ ਜਦੋਂ ਕੰਪਨੀ ਨੇ ਰੀਲੌਂਚ ਕਰਿਆ ਜੀ ਉਹਨੂੰ 50 HP ਕੈਟਾਗਰੀ 'ਚ ਕਰਕੇ ਕਰਿਆ ਜੀ, ਅਤੇ ਬਰਾਬਰ ਟਰੈਕਟਰ ਚੱਲਦਾ ਜੀ, ਕੋਈ ਫਰਕ ਨਹੀਂ ਹੈਗਾ। ਸਿਰਫ ਇੱਕ ਨੋਨ CRD ਰੱਖਣ ਕਰਕੇ ਕੰਪਨੀਆਂ ਦੇ ਆਪਣੇ ਇਸ਼ੂ ਹੁੰਦੇ ਆ ਜੀ। ਅਤੇ ਵੈਸੇ ਹੈਗਾ ਇਹ 57 HP ਆ, ਸੇਮ ਟਰੈਕਟਰ ਆ। ਅਤੇ ਜੇ ਮੈਂ ਇਹਦੀ ਟਾਇਰ ਸਾਈਜ਼ ਦੀ ਗੱਲ ਕਰਾਂ ਜੀ, ਫਰੰਟ ਤੋਂ 9/5/24 ਵਾਲੇ ਆ ਜੀ, ਔਰ ਪਿਛਲੇ ਆ ਜਿਹੜੇ 16/28 ਦੇ ਆ। ਅਤੇ ਟਾਇਰ ਬ੍ਰਾਂਡ ਆਪਾਂ MRF ਲਿਆ ਜੀ, ਇਹ ਸਭ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ। ਇਹਦੇ 'ਚ ਸਾਰੇ ਟਾਇਰ ਸਾਈਜ਼ ਅਵੇਲੇਬਲ ਸੀਗੇ ਜੀ, ਸੋਰੀ ਟਾਇਰ ਕੰਪਨੀਜ਼, ਔਰ ਉਹਦੇ 'ਚ ਤੁਸੀਂ ਜੋ ਵੀ ਆਪਣੀ ਪਰਸਨਲ ਚੋਇਸ ਹੁੰਦੀ ਆ ਤੁਸੀਂ ਚੂਜ਼ ਕਰ ਸਕਦੇ ਜੀ। ਠੀਕ ਹੈ ਜੀ। ਅਤੇ ਮੁੜ ਕੇ ਆਪਾਂ ਜੇ ਸ਼ੁਰੂ ਤੋਂ ਗੱਲ ਕਰੀਏ ਜੀ, ਅਤੇ ਜਿਵੇਂ 655 ਵਗੈਰਾ 'ਚ ਵੇਟ ਵਗੈਰਾ ਆਉਂਦੇ ਅੱਗੇ, ਅਤੇ ਉਹ ਇਹਦੇ 'ਚ ਨਹੀਂ ਹੈਗੇ, ਕਿਉਂਕਿ ਇੱਕ ਇਕਨੋਮੀਕਲ ਟਰੈਕਟਰ ਰੱਖਿਆ ਇਹਨਾਂ ਨੇ ਬਜਟ ਦੇ ਵਿੱਚ। ਅਤੇ ਬਾਕੀ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਬੰਪਰ ਜਾਂ ਜਿੰਨੇ ਵੀ ਵੇਟ ਲਵਾਉਣਾ ਉਹ ਉੱਦਾਂ ਲਵਾ ਸਕਦੇ ਹੋ ਜੀ। ਅਤੇ ਜਿਵੇਂ ਜਿਵੇਂ ਆਪਾਂ ਅੱਗੇ ਅਪਡੇਟ ਕਰਾਂਗੇ ਜੀ, ਤੁਹਾਨੂੰ ਵੀਡੀਓ 'ਚ ਸਾਰਾ ਕੁਝ ਦੇਖਣ ਨੂੰ ਮਿਲੇਗਾ। ਅਤੇ ਉਹ ਅਜੇ ਪਲਾਨ ਕਰ ਰਹੇ ਹਾਂ ਸਾਰਾ ਕੁਝ। ਅਤੇ ਫਰੰਟ ਐਕਸਲ ਤੁਸੀਂ ਦੇਖ ਸਕਦੇ ਹੋ ਜੀ, ਇਹਦਾ ਡਿਊਲ ਐਕਟਿੰਗ ਜਿਹੜਾ ਹੈ ਜੀ ਪਾਵਰ ਸਟੀਅਰਿੰਗ ਹੈ ਇਹਦਾ, ਕਿਉਂਕਿ ਜਿਹੜਾ ਆਪਣਾ ਪਹਿਲਾ ਅਰਜਨ ਸੀਗਾ ਜੀ ਉਹਦੇ ਨਾਲੋਂ ਬਹੁਤ ਹੈਵੀ ਆ ਜੀ ਇਹ। ਅਤੇ ਸਿੰਗਲ ਪੀਸ ਆ ਜਿਹੜਾ ਬੋਨਟ ਸ਼ੋ ਖੁੱਲਦੀ ਹੈ ਇਹਦੀ। ਅਤੇ ਆਪਾਂ ਆਪਣਾ ਚੇਂਜ ਕਰਤਾ ਜੀ ਅੱਗੇ। ਬਾਕੀ ਇੱਕ ਆਹ ਵੀਰ, ਬਹੁਤ ਸਾਰੇ ਵੀਰ ਪੁੱਛਦੇ ਸੀਗੇ ਜੀ ਇੰਸਟਾਗ੍ਰਾਮ 'ਤੇ ਵੀ ਇਹ ਨਿਊ ਲੋਗੋ ਆ ਗਿਆ। ਹੈਗਾ ਤਾਂ ਇਹ ਨਿਊ ਹੀ ਆ ਜੀ, ਪਰ ਆਪਾਂ ਆਪ ਚੇਂਜ ਕਰਿਆ ਜੀ, ਇਹ ਕੰਪਨੀ ਵੱਲੋਂ ਨਹੀਂ ਆਇਆ। ਠੀਕ ਹੈ। ਅਤੇ ਇੱਧਰੋਂ ਆਪਾਂ ਗੱਲ ਕਰੀਏ ਜੀ, ਜਿਹੜਾ ਇਹਦਾ ਪਲੇਟਫਾਰਮ ਆ ਇਹ ਸਾਰੇ ਬਾਈ ਜਾਣਦੇ ਹੀ ਆ, ਇਹ 2-step ਪਲੇਟਫਾਰਮ ਆ, ਔਰ ਮਗਰਲੇ ਟਾਇਰ ਆ ਜੀ ਜਿਹੜੇ ਇਹਦੇ 16/28 ਦੇ ਆ। ਅਤੇ ਆਹ ਵੇਟ ਆਪਾਂ ਪਹਿਲੇ ਅਰਜਨ ਤੋਂ ਲਾ ਲਏ ਸੀਗੇ ਜੀ, ਅਤੇ ਇਹ ਆਪਣੇ ਇਹਤੇ ਫਿੱਟ ਕਰ ਲਏ। ਠੀਕ ਹੈ। ਅਤੇ ਜੇ ਮੈਂ ਇਹਦੀ ਗੇਅਰਾਂ ਦੀ ਗੱਲ ਕਰਾਂ ਜੀ, ਸ਼ਟਲ ਗੇਅਰ ਦੇ ਨਾਲ ਆਉਂਦਾ ਜੀ ਇਹ, ਮੈਂ ਉੱਤੋਂ ਦਿਖਾ ਦਿੰਦਾ ਤੁਹਾਨੂੰ। ਹਾਂਜੀ ਦੋਸਤੋ, ਹੁਣ ਆਪਾਂ ਗੱਲ ਕਰਾਂਗੇ ਜੀ ਇਹਦੇ ਓਪਰੇਸ਼ਨਲ ਏਰੀਏ ਦੀ। ਅਤੇ ਸਭ ਤੋਂ ਪਹਿਲਾਂ ਤਾਂ ਇੰਸਟਰੂਮੈਂਟ ਕਲੱਸਟਰ ਹੈ ਜੀ ਜਿਹੜਾ, ਉਹ ਤੁਸੀਂ ਚੈੱਕ ਕਰ ਸਕਦੇ ਹੋ ਜੀ, ਬਿਲਕੁਲ ਐਨ ਡਰਾਈਵਰ ਦੇ ਸਾਹਮਣੇ ਆ, ਜਿਵੇਂ ਥਾਰ ਵਰਗਾ ਹੀ ਆ, ਤੁਸੀਂ ਐਂ ਕਰ ਲਓ ਵੀ ਬਿਲਕੁਲ ਥਾਰ ਵਰਗਾ ਹੀ ਆ। ਮੈਂ ਤੁਹਾਨੂੰ ਔਨ ਕਰਕੇ ਵੀ ਦਿਖਾ ਦਿੰਦਾ। ਅਤੇ ਇਹਦੇ 'ਚ ਤੁਹਾਨੂੰ ਸਾਰੀਆਂ ਇੰਡੀਕੇਸ਼ਨਸ ਮਿਲਣਗੀਆਂ ਜੀ, ਜਿਹਦੇ 'ਚ ਤੁਹਾਨੂੰ ਇੱਕ ਸਾਈਡ 'ਤੇ ਟੈਂਪਰੇਚਰ ਔਰ ਇੱਕ ਸਾਈਡ 'ਤੇ ਫਿਊਲ ਗੇਜ ਦਾ ਤੁਹਾਨੂੰ ਜਿੰਨੇ ਵੀ ਉਹ ਡਿਜਿਟਸ ਆ ਰਹੇ ਆ ਉਹ ਤੁਹਾਨੂੰ ਮਿਲਣਗੇ। ਔਰ ਟਰੈਕਟਰ ਆਪਣਾ ਅਜੇ 9 ਘੰਟੇ ਚੱਲਿਆ ਜੀ। ਠੀਕ ਹੈ। ਅਤੇ ਬਾਕੀ ਇਹਦੇ 'ਚ ਹੀ ਤੁਹਾਨੂੰ ਜਿਹੜਾ ਡਰਾਈ ਏਅਰ ਕਲੀਨਰ ਦਾ ਸਿਗਨਲ ਆ ਜੀ, ਜਿਹੜਾ ਚੌਕ ਹੋਣ 'ਤੇ, ਉਹ ਵੀ ਤੁਹਾਨੂੰ ਇਹਦੇ ਵਿੱਚ ਮਿਲੇਗਾ ਜੀ। ਅਤੇ ਬਾਕੀ ਹੈੱਡਲੈਂਪਸ ਲਈ ਤੁਹਾਨੂੰ ਇਹ ਕਾਰਾਂ ਵਾਂਗੂ ਮਿਲਿਆ ਜੀ, ਇਹਦੇ 'ਚ ਹੀ ਜਿਹੜਾ ਆਪਣਾ ਹੋਰਨ ਦਾ ਸਵਿੱਚ ਆ ਉਹ ਵੀ ਇਹਦੇ ਵਿੱਚ ਹੀ ਦਿੱਤਾ ਗਿਆ। ਬਾਕੀ ਜਿਹੜਾ ਪਲੋ ਲੈਂਪ ਆ ਉਹਦੀ ਇੱਕ ਸਾਈਡ 'ਤੇ ਦਿੱਤੀ ਗਈ ਹੈ ਸਵਿੱਚ, ਅਤੇ ਇੱਕ ਸਾਈਡ 'ਤੇ ਇਹਦਾ ਆ ਗਿਆ ਜੀ ਸ਼ਟਲ ਗੇਅਰ, ਕਿਉਂਕਿ ਇਹਦੇ 'ਚ ਆਪਣਾ ਬੈਕ ਗੇਅਰ ਹੈ ਨਹੀਂਗਾ, ਇਹ ਸ਼ਟਲ ਗੇਅਰ ਦੇ ਨਾਲ ਆਉਂਦਾ ਜੀ।
ਅਤੇ ਇਹਦੇ 'ਚ 15 ਗੇਅਰ ਜਿਹੜੇ ਫਾਰਵਰਡ ਦੇ ਆ ਜੀ, 15 ਹੀ ਬੈਕ ਦੇ ਆ, ਅਤੇ ਹਾਈ ਲੋ ਮੀਡੀਅਮ ਦੇ ਨਾਲ ਆਉਂਦਾ। ਹੁਣ ਜੇ ਮੈਂ ਇਹਦੀ ਰੀਚ ਦੀ ਗੱਲ ਕਰਾਂ ਜੀ, ਹਰ ਇੱਕ ਚੀਜ਼ ਡਰਾਈਵਰ ਦੀ ਰੀਚ 'ਚ ਦਿੱਤੀ ਗਈ ਆ, ਜਿਵੇਂ ਕਿ ਇੱਧਰ ਹਾਈ ਲੋ ਮੀਡੀਅਮ ਆ ਗਿਆ ਜੀ, ਅਤੇ ਇਹ ਫਾਰਵਰਡ ਰਿਵਰਸ ਦਾ ਆ ਗਿਆ ਜੀ ਪੀ ਟੀ ਓ ਦਾ, ਔਰ ਇਹ ਆਈ ਪੀ ਟੀ ਓ ਕਲੱਚ ਆ ਗਿਆ, ਔਰ ਇਸ ਸਾਈਡ 'ਤੇ ਜਿਹੜਾ ਜੀ ਆਪਣਾ ਮੇਨ ਗੇਅਰ ਆ ਜਾਂਦਾ ਜੀ, ਔਰ 5 ਗੇਅਰ ਆ ਜੀ ਇਹਦੇ ਫਾਰਵਰਡ। ਫਾਰਵਰਡ ਕੀ ਤੁਸੀਂ ਰਿਵਰਸ ਵੀ 5 ਹੀ ਹੋ ਗਏ। ਅਤੇ ਇਹ ਆ ਗਿਆ ਜੀ ਜਿਹੜਾ ਆਪਣਾ ਡਬਲ ਡਿਸਟ੍ਰੀਬਿਊਟਰ ਦਾ ਲੀਵਰ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖੀਦਾ ਵੀ ਬਹੁਤ ਸੀਟ ਦੇ ਨੇੜੇ ਹੁੰਦਾ ਜੀ, ਕਈ ਵੀਰਾਂ ਨੇ ਇਹ ਖੋਲ੍ਹ ਕੇ ਰੱਖਿਆ ਹੁੰਦਾ, ਅਤੇ ਇਹ ਥੋੜ੍ਹਾ ਜਿਹਾ ਸਾਈਡ 'ਤੇ ਦਿੱਤਾ ਗਿਆ ਜੀ। ਅਤੇ ਇੱਧਰ ਆਪਣੇ ਡਰਾਫਟ ਕੰਟਰੋਲ ਆ ਗਏ ਜੀ, ਠੀਕ ਹੈ। ਔਰ ਆਹ ਤੁਸੀਂ ਜਿਹੜਾ ਫੁੱਟ ਥਰੋਟਲ ਆ, ਆਹ ਤੁਸੀਂ ਦੇਖ ਸਕਦੇ ਹੋ, ਅੱਜ ਕੱਲ੍ਹ ਬਹੁਤ ਸਾਰੇ ਵੀਰ ਹੋਰ ਟਰੈਕਟਰਾਂ ਦੇ ਵੀ ਯੂਜ਼ ਕਰ ਰਹੇ ਆ। ਅਤੇ ਪਲੇਟਫਾਰਮ ਦੀ ਤਾਂ ਕੀ ਗੱਲ ਕਰਾਂ ਜੀ ਮੈਂ, ਬਸ ਬਹਿ ਕੇ ਹੀ ਫੀਲ ਕਰ ਸਕਦੇ ਹੋ ਤੁਸੀਂ, ਹੁਣ ਮੇਰੇ ਦੱਸਣ ਨਾਲ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਣਾ, ਠੀਕ ਹੈ। ਅਤੇ ਸਲੈਂਸਰ ਆ ਜੀ ਜਿਹੜਾ ਇਹਦਾ ਹੋਲੈਂਡ ਵਾਂਗੂ ਜਾਲੀ ਵਾਲਾ ਆਉਂਦਾ ਜੀ, ਬਾਕੀ ਢੋਲਕੀ ਦੇ ਅੰਦਰ ਹੈਗੀ ਆ ਇਹ ਜਿਹੜਾ ਜੀ ਫ੍ਰੀ ਫਲੋ ਪਾਈਪ ਆ। ਅਤੇ ਇਹਦੇ 'ਤੇ ਚੜ੍ਹਨ ਲਈ ਇਹ ਦੋਨੋਂ ਗ੍ਰੈਬ ਹੈਂਡਲ ਦਿੱਤੇ ਗਏ ਦੋਨੋਂ ਸਾਈਡ 'ਤੇ, ਕਿਉਂਕਿ ਉੱਚਾ ਬਹੁਤ ਆ, 2 ਫੁੱਟ ਸਟੈਪ ਹੈਗੇ ਆ ਜੀ, ਠੀਕ ਹੈ। ਅਤੇ ਇਹ ਆਪਾਂ ਜਿਹੜੇ ਆ ਖੋਲ੍ਹ ਕੇ ਰੱਖਤੇ ਆ ਜੀ, ਇਹਦੇ 'ਚ ਹੁਣ ਰੂਫ ਵਗੈਰਾ ਜੋ ਵੀ ਆਪਾਂ ਕੰਮ ਕਰਨਾ ਜੀ, ਅੱਗੇ ਤੁਹਾਨੂੰ ਜਲਦੀ ਅਪਡੇਟ ਦੇਵਾਂਗੇ ਉਹਦੀ। ਹੁਣ ਆਪਾਂ ਬੈਕ ਐਂਡ ਤੋਂ ਗੱਲ ਕਰਦੇ ਹਾਂ ਜੀ ਇਹਦੀ। ਹਾਂਜੀ ਦੋਸਤੋ, ਹੁਣ ਇਹਦੇ ਬੈਕ ਐਂਡ ਦੀ ਗੱਲ ਕਰੀਏ ਅਗਰ ਆਪਾਂ, ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਦੇਖ ਲੈਂਦੇ ਹਾਂ ਜੀ, ਇਹਦੇ 'ਚ ਔਗਜ਼ਲਰੀ ਵਾਲ ਬਹੁਤ ਹੀ ਵਧੀਆ ਦਿੱਤੇ ਹੋਏ ਆ, ਜਿਹੜੇ ਆਪਣੇ ਅਲਟਰਾ 1 ਨੂੰ ਆਉਂਦੇ ਆ ਜੀ, ਉਹਦੇ 'ਚ ਥੋੜ੍ਹੀ ਪੋਜੀਸ਼ਨਿੰਗ ਆ ਜੀ ਜਿਹੜੀ ਬਿਲਕੁਲ ਵੀ ਉਹਨਾਂ ਨੇ ਪ੍ਰੋਪਰ ਫਿੱਟ ਨਹੀਂ ਕੀਤੇ ਹੋਏ ਆ, ਇਹਦੀ ਬਹੁਤ ਹੀ ਵਧੀਆ ਪਲੇਸਮੈਂਟ ਦਿੱਤੀ ਹੋਈ ਆ ਇਹਨਾਂ ਨੇ। ਅਤੇ ਲਿੰਕਾਂ ਦੀ ਜੇ ਮੈਂ ਗੱਲ ਕਰਾਂ ਜੀ, ਲਿੰਕਾਂ ਵੀ ਪਹਿਲਾਂ ਨਾਲੋਂ ਬਹੁਤ ਲੰਬੀਆਂ ਕਰ ਦਿੱਤੀਆਂ ਗਈਆਂ, ਔਰ ਹੈਵੀ ਵੀ ਕਰ ਦਿੱਤੀਆਂ, ਕਿਉਂਕਿ ਲਿਫਟ ਕਪੈਸਿਟੀ ਦੇ ਹਿਸਾਬ ਨਾਲ ਇਹ ਬਹੁਤ ਹੈਵੀ ਦਿੱਤੀਆਂ ਗਈਆਂ। ਔਰ ਜਿਹੜੀਆਂ ਅਪਰ ਲਿੰਕਸ ਨੇ ਉਹਨਾਂ ਦੇ ਦੋਨੋਂ ਸਾਈਡ 'ਤੇ ਇਹ ਐਡਜਸਟੇਬਲ ਦਿੱਤਾ ਹੋਇਆ ਜੀ, ਜਿਹੜੀ ਇਹ ਅਸੈਂਬਲੀ ਆ ਦੋਨੋਂ ਸਾਈਡ 'ਤੇ ਆ, ਤੁਸੀਂ ਦੇਖ ਸਕਦੇ ਹੋ, ਨਹੀਂ ਤਾਂ ਨੋਰਮਲੀ ਟਰੈਕਟਰਾਂ 'ਚ ਇੱਕ ਸਾਈਡ 'ਤੇ ਹੀ ਹੁੰਦਾ ਇਹ। ਔਰ ਜਿਹੜੇ ਸਟੈਬਲਾਈਜ਼ਰ ਆ ਜੀ, ਇਹ ਵੀ ਤੁਹਾਨੂੰ ਫਿਕਸ ਮਿਲਣਗੇ, ਆਹ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ 'ਤੇ, ਇਹਨਾਂ 'ਚ ਜਿਹੜਾ ਆਪਣਾ ਟੋਪ ਲਿੰਕ ਵਰਗਾ ਸਿਸਟਮ ਦਿੱਤਾ ਹੋਇਆ ਜੀ। ਔਰ ਜੇ ਪਿਛਲੇ ਹਿੱਸੇ ਦੀ ਗੱਲ ਕਰਾਂ ਜੀ, ਇਹਦਾ ਪਲੈਂਟਰੀ ਆਉਂਦਾ ਜੀ, ਅਤੇ ਪਲੈਂਟਰੀ ਹੋਣ ਕਰਕੇ ਜਿਵੇਂ ਆਪਣਾ ਫਾਰਮ ਟਰੈਕ 'ਚ ਈ ਪੀ ਆਈ ਕਹਿ ਦਿੰਦੇ ਆਪਾਂ, ਬਹੁਤ ਹੀ ਭਾਰੀਆਂ ਟਿਊਬਾਂ ਲੱਗਦੀਆਂ ਜੀ ਇਹਦੀਆਂ, ਪਿੱਛੋਂ ਵਾਹਵਾ ਭਰਮਾਂ ਭਰਮਾਂ ਜਿਹਾ ਲੱਗਦਾ ਜੀ ਇਹ ਟਰੈਕਟਰ। ਔਰ ਇੱਥੇ ਕੰਪਨੀ ਲਿਖ ਕੇ ਦੇ ਰਹੀ ਹੈ ਜੀ ਮਹਾਲਿਫਟ ਹਾਈਡ੍ਰੋਲਿਕ, ਕਿਉਂਕਿ ਇਹਦੀ 27 ਕੁਇੰਟਲ 90 ਕਿਲੋ, 28 ਕੁਇੰਟਲ ਹੀ ਆਲਮੋਸਟ ਆਪਾਂ ਕਹਿ ਲੈਂਦੇ ਹਾਂ। ਸੁਪਰ ਸੀਡਰ ਦੇ ਨਜ਼ਰੀਏ ਤੋਂ ਆਪਾਂ ਜੇ ਦੇਖਦੇ ਹਾਂ ਤਾਂ ਬਹੁਤ ਸੂਟੇਬਲ ਆ ਜੀ। ਅਤੇ ਇਹਨੂੰ ਲੈਣ ਦਾ ਮੇਨ ਰੀਜ਼ਨ ਵੀ ਆਹੀ ਆ ਜੀ, ਉਹ ਵੀ ਮੈਂ ਅੱਗੇ ਡਾਊਟ ਕਲੀਅਰ ਕਰਦਾ, ਬਹੁਤ ਸਾਰੇ ਵੀਰਾਂ ਨੇ ਆਪਾਂ ਨੂੰ ਕੁਐਸਚਨ ਕੀਤਾ ਸੀਗਾ ਜੀ ਇੰਸਟਾਗ੍ਰਾਮ 'ਤੇ, ਉਹ ਆਪਾਂ ਅੱਗੇ ਕਲੀਅਰ ਕਰਦੇ ਹਾਂ, 2-4 ਚੀਜ਼ਾਂ ਜਿਹੜੀਆਂ ਰਹਿ ਗਈਆਂ ਜੋ ਆਪਾਂ ਕਲੀਅਰ ਕਰ ਦਈਏ, ਠੀਕ ਹੈ। ਅਤੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਥੇ ਜਿਹੜੀ ਅਰਜੁਨ ਵਾਂਗੂ ਰੋਡ ਨਹੀਂ ਆਉਂਦੀ, ਇਹ ਇਹਨਾਂ ਨੇ ਪਲੋ ਲੈਂਪ ਇੱਕ ਸਾਈਡ 'ਤੇ ਦਿੱਤਾ ਹੋਇਆ ਜੀ, ਇਹ ਇੱਧਰ ਮਾਊਂਟ ਲਾ ਦਿੱਤਾ ਇਹਦਾ, ਠੀਕ ਹੈ, ਬ੍ਰੈਕਟ ਲਾ ਕੇ। ਅਤੇ ਵੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ, ਇਹ ਆਪਾਂ ਆਪ ਐਡ ਕੀਤਾ ਜੀ। ਅਤੇ ਬਾਕੀ ਆਲ ਓਵਰ ਟਰੈਕਟਰ ਹੈ ਜੀ ਜਿਹੜਾ, ਬੈਟਰੀ ਬੋਕਸ ਤੁਸੀਂ ਦੇਖ ਸਕਦੇ ਹੋ ਇਹਦਾ ਬਾਹਰ ਦਿੱਤਾ ਗਿਆ। ਔਰ ਸਭ ਤੋਂ ਵੱਡੀ ਗੱਲ ਆ, ਤੁਸੀਂ ਦੇਖ ਸਕਦੇ ਹੋ ਜਿਹਦੀ 4-wheel ਦੀ ਜਿਹੜੀ ਸ਼ਾਫਟ ਆ ਜੀ, ਉਹ ਪੂਰੀ ਕਵਰਡ ਕੀਤੀ ਹੋਈ ਆ, ਨਹੀਂ ਤਾਂ ਨੋਰਮਲੀ ਟਰੈਕਟਰਾਂ 'ਚ ਇਹ ਕਵਰਡ ਨਹੀਂ ਹੁੰਦੀ। ਅਤੇ ਫਿਰ ਵੀ ਸ਼ਾਫਟ ਬਿਲਕੁਲ ਸੈਂਟਰ 'ਚ ਹੋਣ ਕਰਕੇ ਵੀ ਗਰਾਊਂਡ ਕਲੀਅਰੈਂਸ ਆ ਜਿਹੜੀ ਉਹ ਵੀ ਬਹੁਤ ਆ ਟਰੈਕਟਰ ਦੀ। ਅਤੇ ਇੱਧਰ ਆਪਾਂ ਨੂੰ ਜਗ੍ਹਾ ਦਿੱਤੀ ਹੋਈ ਆ, ਜੇ ਤੁਸੀਂ ਇੱਧਰ ਵੀ ਫੁੱਟ ਸਟੈਪ ਲਾਉਣਾ ਚਾਹੁੰਦੇ ਹੋ ਤਾਂ ਉਹ ਆਪਾਂ ਔਡਰ ਕਰਿਆ ਹੋਇਆ ਜੀ, ਉਹ ਵੀ ਆਪਾਂ ਇੱਧਰ ਐਡ ਕਰ ਦੇਵਾਂਗੇ ਜੀ, ਠੀਕ ਹੈ। ਅਤੇ ਤੁਸੀਂ ਪੂਰੀ ਲੁੱਕ ਚੈੱਕ ਕਰ ਸਕਦੇ ਹੋ ਟਰੈਕਟਰ ਦੀ। ਅਤੇ ਜਿਹੜੇ ਆਪਣੇ ਭਰਾ ਸ਼ੁਰੂ ਤੋਂ ਜੁੜੇ ਹੋਏ ਆ ਜੀ, ਉਹਨਾਂ ਨੂੰ ਪਤਾ ਹੋਏਗਾ ਕਿਉਂਕਿ ਆਪਾਂ ਪਹਿਲਾਂ ਜੋਨਡੀਅਰ ਦੀ ਸਲਾਹ ਸੀਗੀ ਜੀ ਆਪਾਂ ਲੈਣ ਦੀ,
ਚਲੋ ਮੈਂ ਮਾੜਾ ਨਹੀਂ ਕਹੂੰਗਾ ਕਿਸੇ ਨੂੰ ਵੀ ਜਿਹਦੇ ਕੋਲ ਜਿਹੜਾ ਵੀ ਟਰੈਕਟਰ ਹੈ, ਸਾਰੇ ਹੀ ਵਧੀਆ ਆ, ਐਵੇਂ ਨਾ ਲੜਿਆ ਕਰੋ ਯਾਰ ਟਰੈਕਟਰਾਂ ਪਿੱਛੇ, ਕਿਉਂਕਿ ਆਪਣੇ ਕਿਹੜਾ ਯਾਰ ਬਾਪੂ ਹੋਣਾ ਦੀ ਆ ਕੰਪਨੀਆਂ, ਅਤੇ ਜਿਹੜਾ ਜਿਹਨੂੰ ਵਧੀਆ ਲੱਗਦਾ ਬਾਈ ਸਾਰੇ ਹੀ ਵਧੀਆ ਆ। ਅਤੇ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਿਆ ਸੀਗਾ ਜੀ, ਅਤੇ ਆਪਣੀ ਸਲਾਹ ਸੀਗੀ ਜੀ ਬਾਮਨ ਦਾ ਸਗੇਅਰ ਪ੍ਰੋ ਲੈਣ ਦੀ, ਪਰ ਚਲੋ ਆਪਾਂ ਨੂੰ ਪਤਾ ਨਹੀਂ ਕਿਉਂ ਮੈਨੂੰ ਚੰਗਾ ਨਹੀਂ ਲੱਗਿਆ ਜੀ ਉੱਤੇ ਬੈਠ ਕੇ, ਕਿਉਂਕਿ ਜਿਵੇਂ ਆਪਾਂ ਅਰਜੁਨ ਚਲਾਇਆ ਪਹਿਲਾਂ ਵੀ, ਅਤੇ ਉਹਦੇ 'ਤੇ ਖੁੱਲ੍ਹਾ ਡੁੱਲਾ ਕਾਫੀ ਹੁੰਦਾ ਜੀ, ਇਹਦੇ ਥੋੜ੍ਹਾ ਜਿਹਾ ਨਾ ਜਿਹੜਾ ਆਪਾਂ ਨੂੰ ਸ਼ਾਇਦ ਆਪਾਂ ਨੂੰ ਲੱਗਦਾ ਹੋਵੇ, ਜਿਹੜੇ ਵੀਰ ਸ਼ੁਰੂ ਤੋਂ ਜੋਨ ਡੀਅਰ ਚਲਾਉਂਦੇ ਉਹਨਾਂ ਨੂੰ ਨਹੀਂ ਫੀਲ ਹੁੰਦਾ ਹੋਏਗਾ ਉੱਦਾਂ ਦਾ, ਅਤੇ ਉਸ ਕਰਕੇ ਮੈਨੂੰ ਇੱਕ ਤਾਂ ਉਹ ਨਹੀਂ ਠੀਕ ਲੱਗਿਆ ਜੀ, ਅਤੇ ਦੂਜਾ ਜਿਹੜੀ ਉਹਦੀ ਲਿਫਟ ਕਪੈਸਿਟੀ ਆ ਜੀ ਉਹ 20 ਕੁਇੰਟਲ ਆ, ਇਹਦੀ 28 ਕੁਇੰਟਲ ਆ, ਠੀਕ ਹੈ। ਔਰ ਜਿੰਨੇ ਪ੍ਰਾਈਜ਼ਿੰਗ 'ਚ ਉਹ 2 ਵੀਲ ਆਉਂਦਾ, ਇਹ 4 ਵੀਲ ਆ ਗਿਆ ਜੀ ਆਪਣਾ, ਇਹ ਵੀ ਇੱਕ ਬਹੁਤ ਜਿਹੜਾ ਆਪਾਂ ਕੰਪੇਅਰ ਕਰੀਏ ਅਗਰ ਜਿੰਨੇ ਵੀ ਇਸ ਟਾਈਮ ਮਾਰਕੀਟ 'ਚ ਟਰੈਕਟਰ ਆ, ਇਹ ਸਭ ਤੋਂ ਜਿਹੜਾ ਜੀ ਇਕਨੋਮੀਕਲ ਆ ਪ੍ਰਾਈਜ਼ ਦੇ ਮਾਮਲੇ 'ਚ ਵੀ ਔਰ ਫਿਊਲ ਕੰਜਪਸ਼ਨ 'ਚ ਵੀ, ਅਤੇ ਕੰਮ ਦੇ ਮਾਮਲੇ 'ਚ ਕਿਸੇ ਵੀ ਪਾਸੋਂ ਘੱਟ ਨਹੀਂ ਹੈਗਾ। ਤੁਹਾਨੂੰ ਪਰਫੋਰਮੈਂਸ ਚੈੱਕ ਕਰਾਵਾਂਗੇ ਜੇ ਆਪਣੇ ਖੇਤ ਖਾਲੀ ਨਹੀਂ ਹੋਏ, ਨਾਲੇ ਦੂਜੇ ਚੌਥੇ ਦਿਨ ਮੀਂਹ ਪੈ ਜਾਂਦਾ ਜੀ, ਠੀਕ ਹੈ। ਔਰ ਜਿਹੜੀ ਸਭ ਤੋਂ ਵੱਡੀ ਕਈ ਵੀਰਾਂ ਨੂੰ ਪ੍ਰੋਬਲਮ ਸੀਗੀ ਜੀ, ਜਿਵੇਂ ਪਹਿਲਾਂ ਆਪਣਾ DI ਆਉਂਦਾ ਸੀਗਾ ਜੀ 57 HP, ਉਹ ਬਹੁਤ ਸਾਰੇ ਵੀਰ ਕਹਿੰਦੇ ਸੀਗੇ ਜੀ ਇਹ ਟਰੈਕਟਰ ਫੁਰਤੀਲਾ ਨਹੀਂ ਹੈਗਾ, ਅਤੇ ਇਹਦੇ 'ਚ ਉਹ ਸਮੱਸਿਆ ਦੂਰ ਕਰ ਦਿੱਤੀ ਗਈ ਹੈ, ਕਿਉਂਕਿ ਇਹਦੇ 'ਚ EGR ਹਟਾ ਤਾ ਜੀ ਕੰਪਨੀ ਨੇ, ਇਹ ਸਿੱਧਾ ਹੀ ਆਉਂਦਾ ਜੀ, ਬਸ ਮਤਲਬ ਇਹਦੇ 'ਚ EGR ਵਗੈਰਾ ਕੋਈ ਸਿਸਟਮ ਨਹੀਂ ਹੈਗਾ, ਬਹੁਤ ਮਕੈਨੀਕਲ ਜਿਹੜੀ ਮਤਲਬ ਸੌਖਾ ਕਰਤਾ ਜੀ ਕੰਮ, ਕਿਉਂਕਿ ਤੁਹਾਨੂੰ ਵੀ ਪਤਾ ਵੀ ਜਿੰਨਾ ਵੀ ਮਕੈਨੀਕਲ ਸਿਸਟਮ ਜ਼ਿਆਦਾ ਹੋਊਗਾ ਉਨੀ ਹੀ ਮੇਨਟੇਨੈਂਸ ਵੱਧ ਹੋਊਗੀ, ਅਤੇ ਇਹੀ ਕਾਰਨ ਆਪਣਾ CRD ਨਾ ਲੈਣ ਦਾ ਹੈਗਾ ਜੀ। ਅਤੇ ਕਿੱਦਾਂ ਦੀ ਲੱਗੀ ਵੀਡੀਓ, ਜੇ ਕੋਈ ਚੀਜ਼ ਰਹਿ ਗਈ ਹੋਵੇ, ਹਾਂ ਪ੍ਰਾਈਜ਼ਿੰਗ ਦੀ ਗੱਲ ਜੇ ਮੈਂ ਚਲੋ ਤੁਹਾਨੂੰ ਕਿਉਂਕਿ ਆਪਣਾ ਵੀ ਇਹ ਹੁੰਦਾ ਵੀ ਪ੍ਰਾਈਜ਼ ਦੱਸਿਆ ਜਾਵੇ, ਪਰ ਜਿਹੜੇ ਡੀਲਰਸ਼ਿਪ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਹਿਡਨ ਰੱਖਣੀਆਂ ਪੈਂਦੀਆਂ ਕੋਈ ਚੀਜ਼ਾਂ, ਪਰ ਮੈਂ ਤੁਹਾਨੂੰ ਇੱਕ ਐਸਟੀਮੇਟ ਦੇ ਦਿੰਦਾ ਜੀ, 9,15,000 ਤੋਂ ਲੈ ਕੇ 9.5 ਲੱਖ ਦੇ ਵਿੱਚ ਵਿੱਚ ਟਰੈਕਟਰ ਦੇਈ ਜਾ ਰਹੇ ਆ ਕੰਪਨੀਆਂ, ਇਹ ਤੁਹਾਨੂੰ ਵੇਰੀ ਕਰਦਾ ਵੀ ਤੁਸੀਂ ਕਿੱਥੋਂ ਲੈਂਦੇ ਹੋ, ਬਾਕੀ 9,25,000, 9,30,000, 15,000 ਇੱਦਾਂ ਇੱਦਾਂ ਕੋਈ ਡੀਲਰਸ਼ਿਪਾਂ ਵਾਲੇ ਦੇਈ ਜਾ ਰਹੇ ਆ ਟਰੈਕਟਰ। ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਆਪਣੀ ਜਿਹੜਾ ਨੀਅਰੈਸਟ ਡੀਲਰਸ਼ਿਪ ਆ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਕਿੱਦਾਂ ਦੀ ਲੱਗੀ ਵੀਡੀਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਤਾਂ ਜੋ ਆਪਾਂ ਅੱਗੇ ਤੋਂ ਐਸੀਆਂ ਵੀਡੀਓ ਹੋਰ ਲੈ ਕੇ ਆ ਸਕੀਏ। ਅਤੇ ਇਹਦੀਆਂ ਅਸੈਸਰੀ ਜਿੰਨੀ ਵੀ ਆਪਾਂ ਲਾਉਣੀ ਆ ਉਹ ਤੁਹਾਨੂੰ ਅੱਗੇ ਸ਼ੋਰਟਲੀ ਜਿਹੜੀ ਆਪਾਂ ਅਪਡੇਟ ਕਰਾਂਗੇ ਜੀ। ਥੈਂਕ ਯੂ।